चलो फल तो उन्हों मिल ही जाना जो कर रहा, लेकिन घट तो घट वेखिए तो सही। बहुत लोग ऐसे भी हैं जिन्हों ने जो गुरु साहब के स्वरूपां की बेअदबी हुई कई थावां ते, जिन्हों ने दिवाली वेले दीवे नहीं बाले, भुल गए सब कुछ, आखन लगे दो दो दिन हो गए ने प्रशादा नहीं पकिया घर विच, भी गुरु साहब की बेअदबी कौन कर रहा, क्यों हो रहा है, नहीं होना चाहिए। सो दर्द होवे साडे अंदर जे असी बच्चियां पिछे मरण मराउण तक जाने आ, ते सतगुरु नाल भी साडी प्रीत इसे तरह होनी चाहिए, फिर गल बने। पर सतगुरां नूं सत संगत कहण मात्र जरूर असी ये कही जाने आ, साडा मर्ज नाल बड़ा प्यार है, साडा सतगुरु नाल बड़ा प्यार है, पर असल विच प्रीत साडी असी अपने आप नाल ही करनी, प्रीत असी अपने आप नाल ही करनी। धन गुरु ग्रंथ साहब सच्चे पातशाह दीआं रहमतां बख्शिशां जिन्हां ते हो गईआं उन्हां नूं प्रीत दी दात मिलदी, ते प्रीत विच बड़ा रस है। प्रीत वाले अपना बंद बंद भी कटवा गए, खोपर भी लुहा गए, चरखड़ियां ते चढ़ गए, आरियां थले खड़ गए, पर उन्हां दी प्रीत नहीं टुटी। साची प्रीत हम तुम स्यों जोरी, तुम स्यों जोर अवर संतोरी, मूल लालन स्यों प्रीत बनी, तोरी न टूटे छोरी न छूटे, ऐसी माधो खिंच तनी। असी भी आओ रल के सारे अर्ज करिए सच्चे पातशाह साडी भी ऐसी प्रीत पै जावे। साजी प्रीत हम तुम स्यों जोरी, साजी प्रीत हम तुम स्यों जोरी, तुम स्यों जोर अवर संग तोरी, बोलो गज के संग तोरी, तुम स्यों जोर अवर संग तोरी, तुम स्यों जोर संग तोरी, तुम स्यों जोर संग तोरी, तुम स्यों जोर अवर संग तोरी, साची प्रीत हम तुम स्यों जोरी, साची प्रीत हम तुम स्यों प्रीत हम तुम स्यों जोरी, तुम स्यों जोर अवर संग तोरी। सतसंग जी सच्ची प्रीत वाले जो हन वो अपना आप कुर्बान कर दिंदे ने अपने सतगुर दे पिछे, ते गुरमुखो सच्चे पातशाह भी फिर उन्हां दे बणदे ने, हमेशा उन्हां गुरसिखां दे अंग संग रहिंदे ने, हमेशा उन्हां गुरसिखां दी सार लैंदे ने प्यार ते सब नाल। पर कुछ ओ हन जिन्हां नाल सतगुरु बहुता प्यार करदे, पर ओ किहड़े ने
ਜਿਹੜੇ ਸੱਚਮੁੱਚ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬਹਿਣ ਵਾਲੇ ਨੇ, ਜਿਹੜੇ ਰੋਜ਼ ਆਉਣ ਵਾਲੇ ਨੇ। ਬੱਚੇ ਸਾਰੇ ਹੀ ਨੇ, ਪਰ ਗੋਦੀ ਵਾਲੇ ਨਾਲ ਜਿਵੇਂ ਮਾਂ ਬਹੁਤਾ ਪਿਆਰ ਕਰਦੀ ਹੈ ਨਾ, ਇਸੇ ਤਰ੍ਹਾਂ ਜਿਹੜੇ ਬਹੁਤਾ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗੋਦ 'ਚ ਬਹਿੰਦੇ ਆ, ਉਹਦੇ ਨਾਲ ਪਿਆਰ ਵੀ ਜ਼ਿਆਦਾ। ਆਖੋ ਸਤਨਾਮ, ਸਤਿਗੁਰ ਦੀ ਬਖਸ਼ਿਸ਼ ਉਹਨਾਂ 'ਤੇ ਜ਼ਿਆਦਾ ਹੁੰਦੀ। ਇਸੇ ਕਰਕੇ ਅਰਜ ਕਰੀਦੀ ਗੁਰਮੁਖੋ, ਜਿੰਨੇ ਮਰਜ਼ੀ ਕੰਮ ਹੋਣ, ਜਿੰਨੇ ਮਰਜ਼ੀ ਧੰਦੇ ਧੰਧਾਰਾਂ ਵਿੱਚ ਪਏ ਹੋਏ ਹੋ, ਪਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੀ ਚਾਹੀਦੇ। ਤੇ ਵੇਖੋ ਇੱਕ ਇੱਕ ਪਿੰਡ 'ਚ ਦੋ ਦੋ ਚਾਰ ਚਾਰ ਗੁਰਦੁਆਰੇ ਨੇ, ਕਿਤੇ ਇੱਕ ਗੁਰਦੁਆਰਾ ਹਰ ਪਿੰਡ 'ਚ। ਤੇ ਜੇ ਹੁਣ ਬੂਹੇ ਅੱਗੇ ਵੀ ਗੁਰਦੁਆਰਾ ਜੇ ਦਰਸ਼ਨ ਨਾ ਕਰੀਏ, ਮਹੀਨੇ ਮੱਸੀ ਹੀ ਜਾਈਏ, ਤੇ ਕਾਹਦਾ ਪਿਆਰ ਹੋਇਆ। ਰੋਜ਼ ਦਰਸ਼ਨ ਕਰੀਏ। ਕੋਈ ਵੀ ਮਨ ਦੀ ਬੇਚੈਨੀ ਹੈ, ਮੈਂ ਹਮੇਸ਼ਾ ਹੀ ਬੇਨਤੀ ਕੀਤੀ ਆ ਕਿ ਵਹਿਮਾਂ ਭਰਮਾਂ 'ਚ ਪੈਣ ਦੀ ਲੋੜ ਨਹੀਂ, ਐਵੇਂ ਜਗ੍ਹਾ ਜਗ੍ਹਾ 'ਤੇ ਫਿਰਨ ਦੀ ਲੋੜ ਨਹੀਂ, ਘਰ ਬਰਬਾਦ ਕਰਨ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਬੈਠੋ, ਪਾਠ ਹੋ ਰਿਹਾ ਤਾਂ ਵੀ, ਜੇ ਨਹੀਂ ਵੀ ਤੇ ਫਿਰ ਜੇ ਕੋਈ ਵੀ ਕਦੇ ਕਿਸੇ ਸਮੇਂ ਦੁਪਹਿਰੇ ਸ਼ਾਮ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਹੈ ਕੋਲ ਬਹਿ ਕੇ ਜਾਂ ਸੱਚਖੰਡ ਵਿੱਚ ਜਾ ਕੇ ਬੈਠ ਜਾਓ, ਪੰਜ ਦਸ ਮਿੰਟ ਅੱਖਾਂ ਬੰਦ ਕਰਕੇ ਆਪਣੇ ਮਨ ਦਾ ਹਾਲ ਬਿਆਨ ਕਰੋ, ਬੇਨਤੀ ਕਰੋ ਸੱਚੇ ਪਾਤਸ਼ਾਹ ਕਰੋੜਾਂ ਸਿਰ ਤੁਹਾਡੇ ਚਰਨਾਂ ਵਿੱਚ ਅੱਜ ਝੁਕਦੇ ਨੇ, ਮਹਾਰਾਜ ਤੁਹਾਡੇ ਚਰਨਾਂ ਵਿੱਚ ਧੰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਝੁਕਾ ਨਹੀਂ ਸਕਿਆ, ਬੜੇ ਬੜੇ ਸਮੇਂ ਦੀਆਂ ਸਰਕਾਰਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜਿਨ੍ਹਾਂ ਦੇ ਅੱਗੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਨੇ ਵੀ ਸੀਸ ਝੁਕਾ ਦਿੱਤਾ ਸੀ। ਤੇ ਮਰਦ ਚਰਨਾਂ ਵਿੱਚ ਬੈਠ ਕੇ ਅਸੀਂ ਆਪਣੇ ਮਨ ਦਾ ਹਾਲ ਦੱਸੀਏ, ਸੱਚੇ ਪਾਤਸ਼ਾਹ ਮਿਹਰ ਕਰੋ ਤੇ ਗੁਰਮੁਖੋ ਵੇਖੋ ਕਿ ਤੁਸੀਂ ਸਭ ਪਰੇਸ਼ਾਨੀ ਮਿਟ ਜਾਏਗੀ, ਇੱਕਦਮ ਮਨ ਹਲਕਾ ਹੋ ਜਾਏਗਾ, ਹੋੜਾ ਮਿਲ ਜਾਏਗਾ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਏਗੀ। ਪਰ ਦੁੱਖ ਦੀ ਗੱਲ ਇਹ ਆ, ਅਸੀਂ ਹੋਰ ਪਾਸੇ ਭੱਜਣ ਨੂੰ ਤਿਆਰ ਹਾਂ, ਪਰ ਘਰ ਵਿੱਚ ਸੱਚੇ ਪਾਤਸ਼ਾਹ ਨੇ ਕਦੇ ਮਰ ਦੇ ਚਰਨਾਂ ਵਿੱਚ ਇਹ ਬੇਨਤੀ ਨਹੀਂ ਕਰਦੇ। ਫਲਾਣੇ ਕੋਲ ਚੱਲੋ, ਫਲਾਣਾ ਕਹਿੰਦਾ ਸੀ ਉਹਦੇ ਕੋਲ ਚੱਲੋ, ਉੱਥੋਂ ਉਹਦੇ ਕੋਲ ਚੱਲੋ, ਪਰ ਸਤਿਗੁਰ ਦੇ ਚਰਨਾਂ ਵਿੱਚ ਨਹੀਂ ਜਾਣਾ। ਜਦੋਂ ਸਾਰੇ ਹੀਲੇ ਖਤਮ ਹੋ ਜਾਂਦੇ, ਪਹਿਲਾਂ ਪਿੰਡ ਵਾਲੇ ਡਾਕਟਰ ਕਹਿੰਦਾ, ਫਿਰ ਪਟਿਆਲੇ ਲੈ ਜਾਓ, ਪਟਿਆਲੇ ਤੋਂ ਚੰਡੀਗੜ੍ਹ ਲੈ ਜਾਓ, ਚੰਡੀਗੜ੍ਹ ਤੋਂ ਦਿੱਲੀ ਲੈ ਜਾਓ, ਜਦੋਂ ਸਾਰੇ ਜਵਾਬ ਦੇਣ ਫਿਰ ਪਿੰਡ ਵਾਲੇ ਗੁਰਦੁਆਰੇ। ਆਖੋ ਸਤਨਾਮ। ਫਿਰ ਲਾਸਟ ਵਿੱਚ ਅਸੀਂ ਇੱਥੇ ਆਉਂਦੇ ਹਾਂ ਵੀ ਹੁਣ ਗੁਰਦੁਆਰੇ ਅਰਦਾਸ ਕਰਾਓ, ਹੁਣ ਮਰਦ ਦੇ ਚਰਨਾਂ 'ਚ ਚੱਲੋ, ਪਰ ਪਹਿਲਾਂ ਹੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਰਹੀਏ, ਸਤਿਗੁਰ ਦੇ ਚਰਨਾਂ ਵਿੱਚ ਜਾਂਦੇ ਰਹੀਏ ਤੇ ਗੱਲ ਬਣ ਜਾਂਦੀ ਹੈ। ਸੋ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਮਹਾਂਪੁਰਸ਼ ਕਹਿੰਦੇ ਹੁੰਦੇ ਸੀ। ਮਾੜੀ ਮਾੜੀ ਗੱਲ ਵਿੱਚ ਸਤਿਗੁਰ ਦੇ ਚਰਨਾਂ 'ਚ ਅਰਜ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਅਰਦਾਸ ਕਰਨੇ ਆ ਤੇ ਦੁੱਖ ਪਿੱਛੇ ਹੋ ਜਾਂਦਾ, ਦੁੱਖ ਪਿੱਛੇ ਹੋ ਜਾਂਦਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਭੋਗਣਾ ਤੇ ਪਏਗਾ, ਜੇ ਥੋੜਾ ਥੋੜਾ ਮਿਲਦਾ ਰਵੇ ਠੀਕ ਆ, ਨਹੀਂ ਤੇ ਫਿਰ ਇਕੱਠਾ ਹੀ ਭੋਗਣਾ ਪਊਗਾ। ਖੋ ਸਤਨਾਮ। ਮਾੜਾ ਮਾੜਾ ਸਿਹਤ ਖਰਾਬ ਹੈ, ਕੋਈ ਗੱਲ ਨੀ, ਚੱਲੀ ਜਾਣ ਦਿਓ ਨਾਲ, ਮਾੜੇ ਮਾੜੇ ਦੁੱਖ ਤੋਂ ਨਹੀਂ। ਤੇ ਜੇ ਫਿਰ ਥੋੜਾ ਥੋੜਾ ਕੱਟਿਆ ਜਾਂਦਾ, ਉਸ ਤੋਂ ਬਾਅਦ ਫਿਰ ਉਹ ਇਕੱਠਾ, ਕਿਉਂਕਿ ਭੋਗਣਾ ਤੇ ਪੈਂਦਾ ਹੀ ਆ, ਇੱਥੇ ਮਿਟ ਜਾਏ ਚੰਗਾ, ਇੱਥੇ ਹੀ ਨਿਬੇੜਾ ਹੋ ਜਾਵੇ ਚੰਗਾ। ਇੱਕ ਸਵਾਲ ਕੀਤਾ ਸੀ ਮਹਾਂਪੁਰਸ਼ਾਂ ਨੂੰ, ਕਹਿੰਦੇ ਜੀ ਮਹਾਤਮਾ ਕਾਰ ਸੇਵਾ ਵਾਲੇ ਵਿੱਚ ਕਈ ਵੇਖੇ ਆ, ਬਹੁਤ ਦੁੱਖ ਤਕਲੀਫ ਸਰੀਰ ਉੱਤੇ ਭੋਗਦੇ ਨੇ, ਕਈ ਕਈ ਸਾਲ ਮਹਾਤਮਾ, ਐਡੀ ਕਮਾਈ, ਐਡੀ ਬੰਦਗੀ ਵਾਲੇ, ਕਾਰਨ ਕੀ ਹੈ? ਉਸ ਵੇਲੇ ਉਹ ਆਖਿਆ, ਭਾਈ ਇਹਨਾਂ ਦਾ ਹਿਸਾਬ ਕਿਤਾਬ ਇੱਥੇ ਹੀ ਨਿਬੜ ਜਾਂਦਾ, ਵੀ ਇੱਥੇ ਹੀ ਹਿਸਾਬ ਕਿਤਾਬ ਸਾਰਾ ਹੋ ਜਾਵੇ, ਥੋੜਾ ਥੋੜਾ ਰੋਗ, ਥੋੜੀ ਥੋੜੀ ਬਿਮਾਰੀ, ਉਹ ਇੱਥੇ ਹੀ ਨਾਲ ਨਾਲ ਚੱਲਦੀ ਰਹਿੰਦੀ। ਤੇ ਸਤਸੰਗ ਜੀ, ਫਿਰ ਜਾਣਾ ਇੱਕ ਦਿਨ ਸੰਸਾਰ ਵਿੱਚੋਂ ਸਾਰਿਆਂ ਨੇ ਹੀ ਆ, ਸੁਰਖਰੂ ਹੋ ਕੇ ਤੇ ਮਰਦ ਦੇ ਚਰਨਾਂ ਵਿੱਚ ਜਾਈਏ, ਥੋੜਾ ਬਹੁਤ ਦੁੱਖ ਹੋਵੇ, ਮਾੜੀਆਂ ਮਾੜੀਆਂ ਪਰੇਸ਼ਾਨੀਆਂ ਹਨ, ਹੱਸ ਕੇ ਭੋਗ ਲੈਣਾ ਚਾਹੀਦਾ, ਤੇ ਦੁੱਖ ਹੀ ਦਾਰੂ ਬਣ ਜਾਂਦਾ। ਸਤ ਸੰਗਤ ਪਾਂਡਵਾਂ ਦੀ ਮਾਤਾ ਹਮੇਸ਼ਾ ਹੀ ਇਹ ਅਰਦਾਸ ਕਰਦੀ ਸੀ, ਵਾਹਿਗੁਰੂ ਮੈਨੂੰ ਦੁੱਖ ਦੇ, ਦੁੱਖ ਭਗਵਾਨ ਮੈਨੂੰ ਦੁੱਖ ਮਿਲਣਾ ਚਾਹੀਦਾ। ਕਿਸੇ ਨੇ ਪੁੱਛਿਆ, ਦੁੱਖ ਕਿਉਂ ਮੰਗਣੀ? ਕਹਿੰਦੀ, ਦੁੱਖ ਇਸ ਕਰਕੇ ਮੰਗਣੀ ਕਿਉਂਕਿ ਦੁੱਖ ਵਿੱਚ ਰੱਬ ਯਾਦ ਰਹਿੰਦਾ, ਜੇ ਦੁੱਖ ਨਾ ਹੋਵੇ ਤੇ ਰੱਬ ਦੀ ਯਾਦ ਹੀ ਨਹੀਂ ਆਉਂਦੀ, ਦੁੱਖ ਵੇਲੇ ਹੀ ਰੱਬ ਯਾਦ ਆਉਂਦਾ। ਇਸੇ ਕਰਕੇ ਦੁੱਖ ਦਾਰੂ ਬਣਦਾ, ਕਿਉਂਕਿ ਦੁੱਖ ਵਿੱਚ ਰੱਬ ਯਾਦ ਹੈ, ਤੇ ਰੱਬ ਵਾਹਿਗੁਰੂ ਦਾ ਨਾਮ ਹੀ ਸਾਰੀਆਂ ਬਿਮਾਰੀਆਂ ਦੀ ਦਾਰੂ ਹੈ। ਇਸੇ ਕਰਕੇ ਦੁੱਖ ਨੂੰ ਦਾਰੂ ਦੱਸਿਆ, ਦੁੱਖ ਮਿਲੇ ਤੇ ਸਮਝ ਲਓ ਇਲਾਜ ਹੋ ਰਿਹਾ ਸਾਡਾ, ਅਸੀਂ ਰੱਬ ਨੂੰ ਯਾਦ ਕਰਾਂਗੇ, ਦੁੱਖ ਦੇ ਵਿੱਚ ਪਰਮੇਸ਼ਰ ਦੀ ਯਾਦ ਆਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ, ਪ੍ਰੀਤ ਗੁਰੂ ਦੇ ਚਰਨਾਂ ਨਾਲ ਸਾਡੀ ਪੈ ਜਾਵੇ,
ते सतगुरु दे चरणा नाल जिन्हां दी बाण आ गई वह आपां कुरबान कर देंदे ने, सब कुछ वार देंदे ने अपने सतगुरु दे पिछे। तन गुरु गोबिंद सिंह साहब सच्चे पातशाह दे वेले उजैन नगरी विच एक पुरातन समय का सिख सी, गुरु हरगोबिंद साहब वेले का सिख बसंबरदास, ते बहुत करनी कमाई वाला गुरसिख बंदगी।